ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ ਪੰਜਾਬ ਪੈਸਕੋ ਦੇ ਵਿੱਚ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦਵਾਂਗਾ ਤੋ ਵੀਡੀਓ ਨੂੰ ਅੰਤ ਤੱਕ ਪੂਰਾ ਦੇਖਿਓ ਫਰਸਟ ਟਾਈਮ ਚੈਨਲ ਤੇ ਆਇਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਗੇ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜਲੀ ਸਿੰਪਲੀ ਤੁਸੀਂ ਗੂਗਲ 'ਚ ਜਾਣਾ ਹੈ ਔਰ ਉੱਥੇ ਜਾ ਕੇ ਟਾਈਪ ਕਰਨਾ ਹੋਏਗਾ www.meacademy.in ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਤੁਸੀਂ ਲੈ ਸਕਦੇ ਹੋ ਤੇ ਚੈੱਕ ਕਰਕੇ ਤੁਸੀਂ ਕੀ ਮੈਂ ਗੈਸ ਵੀਡੀਓ 'ਚ ਤੁਹਾਨੂੰ ਦੱਸਾਂਗਾ ਇਹ 'ਚ ਵੱਖ-ਵੱਖ ਵੈਕੈਂਸੀਜ਼ ਆਊਟ ਹੋਈਆਂ ਨੇ ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ ਹੋ ਇਸ ਦੇ ਵਿੱਚ ਅਸਿਸਟੈਂਟ ਸੈਨੋਗ੍ਰਾਫਰ ਕਲਰਕ ਡਰਾਈਵਰ ਪੀਐਨ ਚੌਂਕੀਦਾਰ ਸਟੈਨੋ ਅਤੇ ਅਕਾਊਂਟੈਂਟ ਦੀਆਂ ਵੈਕੈਂਸੀਜ਼ ਨੇ ਸੋ ਮੈਂ ਸਵਾਰੀ-ਵਾਰੀ ਤੁਹਾਨੂੰ ਸਾਰੀਆਂ ਵੈਕੈਂਸੀਜ਼ ਦੇ ਬਾਰੇ ਵਿੱਚ ਦੱਸਾਂਗਾ ਤਾਂ ਚਲੋ ਚੱਲਦੇ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਸਬਤ ਵੱਲੋਂ ਵੈਕੈਂਸੀਜ਼ ਦੀ ਗੱਲ ਕਰ ਲੈਣੇ ਆ ਇਹ ਨੋਟੀਫਿਕੇਸ਼ਨ ਪੰਜਾਬ ਪੈਸਕੋ ਦੇ ਵੱਲੋਂ ਹੀ ਜਾਰੀ ਹੋਇਆ ਹੈ ਪੰਜਾਬ ਦੀ ਹੀ ਲੋਕੇਸ਼ਨ ਜਿਹੜੀ ਇੱਥੇ ਤੁਹਾਡੀ ਰਹਿਣ ਵਾਲੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਜਨਰਲ ਮੈਨੇਜਰ ਪਰਸਨਲ ਪ੍ਰੋਜੈਕਟ ਦੀ ਵੈਕੈਂਸੀ ਹੈ ਜਿਹਦੇ ਤੁਹਾਡੀ ਜਿਹੜੀ ਸੈਲਰੀ ਹੈ ਉਹ 67400 ਰੁਪਏਗੀ ਠੀਕ ਹੈ ਜੀ ਇਸ ਦੇ ਵਿੱਚ ਜਿਹੜੇ ਕੈਂਡੀਡੇਟ ਇੰਡੀਅਨ ਆਰਮੀ ਤੋਂ ਐਕਸਰ ਜਾਂ ਨੇਵੀ ਤੋਂ ਜਾਂ 에어 ਫੋਰਸ ਤੋਂ ਨੇ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਤੇ ਡਿਪਲੋਮਾ ਡਿਗਰੀ ਕੀਤਾ ਹੋਇਆ ਹੈ ਉਸ ਤੋਂ ਬਾਅਦ ਆਉਂਦਾ ਫਾਈਨੈਂਸ਼ੀਅਲ ਕੰਟਰੋਲਰ ਐ ਗੇ ਫਾਈਨੈਂਸ਼ੀਅਲ ਕੰਟਰੋਲਰ ਦੀਆਂ ਵੈਕੈਂਸੀ ਇੱਕ ਆਊਟ ਕੀਤੀ ਗਈ ਹੈ ਜਿਸ ਦੇ ਵਿੱਚ ਤੁਹਾਡੀ ਸੈਲਰੀ 67400 ਰਹੇਗੀ ਤੇ ਚਾਰਟਰਡ ਅਕਾਊਂਟੈਂਟ ਜਿਹੜੀ ਜ ਹੈਗੇ ਨੇ ਜਿਹਨਾਂ ਨੂੰ 2 ਸਾਲ ਦਾ ਐਕਸਪੀਰੀਅੰਸ ਹੈ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਆਦੀ ਸੁਪਰਡੈਂਟ ਦੀ ਪੋਸਟ ਹੈ ਜਿਹੜੀ ਕੀ ਤੁਹਾਡੀ ਇੱਥੇ ਰਹੇਗੀ 43000 ਤੁਹਾਡੀ ਸੈਲਰੀ ਰਹੇਗੀ ਇਹ ਚ ਗ੍ਰੈਜੂਏਸ਼ਨ ਜਿਨ੍ਹਾਂ ਨੇ ਕੀਤੀ ਹੈ ਐਕਸ ਆਨੋਰੀ ਕਮਿਸ਼ਨਡ ਆਫੀਸਰ ਜਿਹੜੇ ਨੇ ਆਰਮੀ ਦੇ ਵਿੱਚ ਜਾਂ ਨੇਵੀ ਦੇ ਵਿੱਚ ਜਾਂ 에어ਫੋਰਸ ਦੇ ਵਿੱਚ ਜਿਨ੍ਹਾਂ ਨੇ 25 ਸਾਲ ਦੀ ਸਰਵਿਸ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਨੇ ਉਸ ਤੋਂ ਬਾਅਦ ਦੀ ਪਰਸਨਲ ਅਸਿਸਟੈਂਟ ਦੀ ਵੈਕੈਂਸੀ ਹੁੰਦੀਆਂ ਨੇ ਇਹ ਚ ਵੀ ਆਰਮੀ ਨੇ ਵੀ ਨੇਵੀ ਏਅਰ ਫੋਰਸ ਵਾਲੇ ਅਪਲਾਈ ਕਰ ਸਕਦੇ ਨੇ ਗ੍ਰੈਜੂਏਸ਼ਨ ਜਿਨ੍ਹਾਂ ਨੇ ਮਿਨੀਮਮ ਕੀਤੀ ਹੋਈ ਹੈ ਉਸ ਤੋਂ ਬਾਅਦ ਆਉਂਦੀ ਹੈ ਅਕਾਊਂਟੈਂਟ ਦੀ ਪੋਸਟ ਜਿਸ ਦੇ ਲਈ ਤੁਹਾਡੀ 35-400 ਸੈਲਰੀਜ਼ ਦੇ ਵਿੱਚ ਰਹਿਣ ਵਾਲੀ ਹੈ ਜੀ ਔਰ ਇਸ ਦੇ ਵਿੱਚ ਵੀ ਅਗਰ ਅਸੀਂ ਗੱਲ ਕਰੀਏ ਮਿਨੀਮਮ ਕੁਆਲਿਫੀਕੇਸ਼ਨ ਤੁਹਾਡੀ ਗ੍ਰੈਜੂਏਸ਼ਨ ਹੈ ਤੇ ਤੁਸੀਂ ਐਕ ਸਰਵਿਸਮੈਨ ਹੋ ਠੀਕ ਹੈ ਜੀ ਤਿੰਨਾ ਕਿਸੇ ਵੀ ਡਿਪਾਰਟਮੈਂਟ ਚੋਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਅਸਿਸਟੈਂਟ ਅਕਾਊਂਟ ਦੀ ਵੈਕੈਂਸੀ ਹੈ ਜਿਸ ਦੇ ਵਿੱਚ ਗ੍ਰੈਜੂਏਸ਼ਨ ਤੁਸੀਂ ਕੀਤੀ ਹੈ ਅਪਲਾਈ ਕਰ ਸਕਦੇ ਹੋ 35-400 ਤੁਹਾਡੀ ਸੈਲਰੀ ਰਹੇਗੀ ਇੱਕ ਪੋਸ ਜਿਹੜੀ ਹੈ ਉਹ ਇ ਤੁਹਾਡੀ ਸੈਲਰੀ 35400 ਰਹੂਗੀ ਔਰ ਇਸ ਦੇ ਵਿੱਚ ਤੁਹਾਡੀ ਜਿਹੜੀ ਜਿਹੜੇ ਕੈਂਡੀਡੇਟ ਐਕਸ ਜੂਨੀਅਰ ਕਮਿਸ਼ਨਡ ਆਫੀਸਰ ਰਹਿ ਚੁੱਕੇ ਨੇ ਆਰਮੀ ਨੇਵੀ 에어ਫੋਰਸ ਦੇ ਵਿੱਚ ਉਹ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਨੇ ਜੀ ਇਸ ਦੇ ਵਿੱਚ ਵੀ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਹੋਣਗੇ ਅਪਲਾਈ ਕਰ ਪਾਣਗੇ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀ ਹੈ ਜੋ ਕਿ ਅਸ ਪਰ ਨੋਰਮ ਇਸ ਦੇ ਵਿੱਚ ਰਹੇਗੀ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀ ਵੀ ਹੈ ਠੀਕ ਹੈ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਦੋ ਤਰ੍ਹਾਂ ਦੀਆਂ ਪੋਸਟਾਂ ਨੇ ਇਹਨਾਂ ਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਜੁਨੀਅਰ ਕਮਿਸ਼ਨਡ ਆਫੀਸਰ ਜਿਹੜੇ ਨੇ ਅਪਲਾਈ ਇਹਦੇ ਲਈ ਕਰ ਪਾਣਗੇ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਕੇਅਰ ਟੈਕਰ ਦੀ ਵੈਕੈਂਸੀ ਹੈ 1990 ਤੋਂ ਉੱਡੀ ਸੈਲਰੀ ਦਵੇਗੀ ਇਸ ਦੇ ਵਿੱਚ ਇਸ ਦੇ ਵਿੱਚ میٹرਿਕ ਪਾਸ ਕੈਂਡੀਡੇਟ ਨੇ ਇਲੀਜੀਬਲ ਨੇ ਲੈਸ ਦੇ ਵਿੱਚ ਇੱਕ ਪੋਸਟ ਹੈ ਉਸ ਤੋਂ ਬਾਅਦ ਆਉਂਦੀ ਹੈ ਸਟੈਨੋ ਟਾਈਪਿਸ ਪੰਜਾਬ ਦੀ ਪੋਸਟ ਹੈ ਜਿਸ ਦੇ ਵਿੱਚ ਅਗਰ ਮੰਗ ਪੰਜਾਬੀ ਦੀ ਪੋਸਟ ਜਿਹਦੇ ਚ 21700 ਤੁਹਾਡੀ ਸੈਲਰੀ ਹੈ ਤੇ ਐਕਸ ਨਾਨ ਕਮਿਸ਼ਨਡ ਆਫਿਸਰ ਦੇ ਲਈ ਅਪਲਾਈ ਕਰ ਸਕਦੇ ਨੇ ਡਰਾਈਵਰ ਦੀ ਪੋਸਟ ਹੈ 21700 ਸੈਲਰੀ ਰਵੇਗੀ ਦੋ ਪੋਸਟ ਆਊਟ ਕੀਤੀਆਂ ਗਈਆਂ ਨੇ ਪੀ ਐਨ ਦੀ ਪੋਸਟ ਹੈ ਜਿਸ ਦੇ 18000 ਸੈਲਰੀ ਰਵੇਗੀ ਤੇ 6 ਪੋਸਟ ਆਊਟ ਹੋਈਆਂ ਨੇ ਉਸ ਤੋਂ ਬਾਅਦ ਚੌਂਕੀਦਾਰ ਦੀ ਜਿਸ ਚ 18000 ਤੁਹਾਡੀ ਸੈਲਰੀ ਰਵੇਗੀ ਇੱਕ ਪੋਸ ਜਿਹੜੀ ਹੈ ਇੱਥੇ ਆਊਟ ਕੀਤੀ ਗਈ ਹੈ ਇਹਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ ਇਹ ਨੋਟੀਫਿਕੇਸ਼ਨ ਦਾ ਲਿੰਕ ਜਿਹੜੇ ਦੋ ਹੈ ਨੋਟੀਫਿਕੇਸ਼ਨ ਅਲੱਗ ਹੈ ਇਸਦੇ ਵਿੱਚ ਅਪੁਆਇੰਟਮੈਂਟਸ ਲਿਖੀਆਂ ਹੋਈਆਂ ਨੇ ਡਿਟੇਲ ਲਿਖੀ ਹੋਈ ਹੈ ਪ੍ਰੋਪਰ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜਿਹੜੀਆਂ ਵੀ ਵੈਕੈਂਸੀਜ਼ ਏਜ ਕ੍ਰਾਈਟੇਰੀਆ ਜਿਹੜਾ ਹੈ ਰੈਗੂਲਰ ਦੇ ਲਈ ਜਿਹੜੀ ਹੈ 55 ਸਾਲ ਤੱਕ ਤੇ ਕੰਟਰੈਕਚੁਅਲリー 52 ਸਾਲ ਤੱਕ ਦੇ ਕੈਂਡੀਡੇਟ ਅਪਲਾਈ ਕਰ ਪਾਣਗੇ ਇਹ ਚ ਤੁਸੀਂ ਆਪਣਾ ਬਾਇਓ ਡਾਟਾ ਇਹਨਾਂ ਦਿੱਤੇ ਗਏ ਡਸਟ ਈਮੇਲ ਆਈਡੀ ਦੇ ਉੱਪਰ ਭੇਜਣਾ ਹੈ 22 ਸਤੰਬਰ ਇਹਦੀ ਲਾਸਟ ਡੇਟ ਹੈ ਅਪਲਾਈ ਕਰਨ ਦੀ ਬਾਕੀ ਮੈਂ ਦੋਨੋਂ ਲਿੰਕ ਤੁਹਾਨੂੰ ਦੇ ਦਿੱਤੇ ਨੇ ਡਿਸਕ੍ਰਿਪਸ਼ਨ ਚ ਜਾ ਕੇ ਚੈੱਕ ਜ਼ਰੂਰ ਕਰ ਲਿਓ ਫਿਰ ਵੀ ਕੋਈ ਵੀ ਡਾਊਟ ਹੁੰਦਾ ਹੈ ਤਾਂ ਕਮ